ਦੇਖੋ, ਮੈਂ ਗੱਲ ਇੱਥੋਂ ਸ਼ੁਰੂ ਕਰ ਲੈਂਦਾ ਕਿ ਤੁਸੀਂ ਅੱਜ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਹੋ, ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਹੋ। ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਜੋ ਵੀ ਹੁਣ ਪ੍ਰਾਪਤੀਆਂ ਹੋਣਗੀਆਂ ਸਰਕਾਰ ਦੀਆਂ, ਉਹ 'ਚ ਤੁਸੀਂ ਹਿੱਸੇਦਾਰ ਹੋਵੋਗੇ। ਤੁਸੀਂ ਕ੍ਰਿਕਟ ਦੇ ਮੈਚ ਦੇਖ ਲਓ, ਚਾਹੇ ਫੁੱਟਬਾਲ ਦੇ ਦੇਖ ਲਓ, ਹਾਕੀ ਦੇ ਦੇਖ ਲਓ, 11 ਪਲੇਅਰ ਖੇਡਦੇ ਆ, 4 ਪਲੇਅਰ ਬੈਂਚ 'ਤੇ ਹੁੰਦੇ ਆ। ਟੀਮ 15 ਦੀ ਘੋਸ਼ਿਤ ਹੁੰਦੀ ਹੈ ਕਿ ਵਰਲਡ ਕੱਪ ਲਈ 15 ਦੀ ਆਹ ਟੀਮ ਹੈ, ਅਤੇ ਕਈ ਵਾਰੀ 11 ਹੀ ਖੇਡੀ ਜਾਂਦੀ ਹੈ ਸਾਰਾ ਚੈਂਪੀਅਨਸ਼ਿਪ ਜਾਂ ਸਾਰਾ ਟੂਰਨਾਮੈਂਟ। 12ਵਾਂ, 13ਵਾਂ, 14ਵਾਂ ਸਿਰਫ ਪਾਣੀ ਲੈ ਕੇ ਗਰਾਊਂਡ 'ਚ ਆਉਂਦਾ, ਜਾਂ ਕਿਸੇ ਨੇ ਬੈਟ ਬਦਲਾਉਣਾ, ਜਾਂ ਕਿਸੇ ਨੇ ਗਲਬਸ ਨਵੇਂ ਮੰਗਾ ਲਏ, ਖੇਡਣ ਦਾ ਮੌਕਾ ਨਹੀਂ ਮਿਲਦਾ। ਪਰ ਜਦੋਂ ਟੀਮ ਜਿੱਤ ਜਾਂਦੀ ਹੈ ਤਾਂ ਗੋਲਡ ਮੈਡਲ 15 ਬਣਦੇ ਨੇ, ਫਿਰ ਗੋਲਡ ਮੈਡਲ 11 ਨਹੀਂ ਬਣਦੇ। ਉਦੋਂ ਸਾਰੀ ਟੀਮ ਜਿਹੜੀ ਉਹ ਜੇਤੂ ਕਰਾ ਦਿੱਤੀ ਜਾਂਦੀ ਹੈ, ਨਾਲ ਚਾਰ ਉਹ ਵੀ ਜੇਤੂ ਕਰਾ ਦਿੱਤੇ ਜਾਂਦੇ ਨੇ, ਕਿਉਂਕਿ ਉਹ ਟੀਮ ਦਾ ਹਿੱਸਾ ਨੇ। ਚਾਹੇ ਉਹ ਪਾਣੀ ਹੀ ਪਿਲਾ ਕੇ ਜਾਂਦੇ ਹੋਣ, ਚਾਹੇ ਉਹ ਥੋੜ੍ਹਾ ਬਹੁਤ ਹੈਲਪ ਕਰਕੇ ਜਾਂਦੇ ਹੋਣ, ਕੀ ਪਤਾ ਕਿਹੜੀ ਗੱਲ ਨਾਲ। ਇਸੇ ਤਰ੍ਹਾਂ ਮੂਵੀਜ਼ ਦੇ ਵਿੱਚ ਹੁੰਦਾ, ਸਾਰੇ ਮੂਵੀ ਜਿਹੜੀਆਂ ਜਿੰਨੀਆਂ ਹਿੱਟ ਮੂਵੀਜ਼ ਨੇ, ਜਿਹੜੇ ਉਹਦੇ ਪਰਦੇ 'ਤੇ ਨੇ, ਉਹੀ ਨਹੀਂ ਇਕੱਲੇ ਸੀ, ਪਰਦੇ ਦੇ ਪਿੱਛੇ ਬਹੁਤ ਸੀ। ਸੋ ਟੀਮ ਜਿਹੜੀ ਹੈ ਇੱਕ ਬਹੁਤ ਵੱਡਾ ਕੰਮ ਕਰਦੀ ਹੈ। ਸੋ ਤੁਸੀਂ ਅੱਜ ਟੀਮ ਦਾ ਹਿੱਸਾ ਬਣੇ ਹੋ, ਮੈਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਦਿੰਦਾ। ਔਰ ਨੌਕਰੀ, ਉਹ ਵੀ ਸਰਕਾਰੀ, ਸਾਡੇ ਕਲਚਰ 'ਚ ਤਾਂ ਇਹ ਹਊਗਾ ਬਣਾ ਕੇ ਰੱਖਤੀ, ਇੱਕ ਆਊਟ ਆਫ ਰੀਚ ਚੀਜ਼ ਬਣਾਤੀ ਵੀ ਸ਼ਾਇਦ ਇਹ ਸਾਡੀ ਕਿਸਮਤ 'ਚ ਹੈ ਨਹੀਂ। ਤਾਂ ਚੀਜ਼ ਇਹ ਤਾਂ ਸਿਰਫ ਸਿਫਾਰਿਸ਼ਾਂ ਨੂੰ ਮਿਲਦੀ ਹੈ, ਇਹ ਤਾਂ ਸਿਰਫ ਜਿਹਨਾਂ ਕੋਲ ਪੈਸੇ ਨੇ ਉਹਨਾਂ ਨੂੰ ਮਿਲਦੀ ਹੈ, ਇਹ ਤਾਂ ਜਿਹਨਾਂ ਨੂੰ ਸਿਰਫ ਮੰਤਰੀ ਜਾਂ ਮੁੱਖ ਮੰਤਰੀ ਜਾਣਦਾ ਉਹਨਾਂ ਨੂੰ ਮਿਲਦੀ ਹੈ ਬਸ। ਇਹ ਤੋਂ ਪਹਿਲਾਂ ਇਹ ਸੀ ਨਾ, ਅਸੀਂ ਆ ਕੇ ਚੇਂਜ ਕੀਤਾ। ਹੁਣ ਜੇ ਮੇਰੇ ਕੋਲ ਕਿਸੇ ਦੀ ਸਿਫਾਰਿਸ਼ ਆ ਜਾਏ, ਮੈਂ ਉਹ 'ਤੇ ਸ਼ੱਕ ਕਰਨ ਲੱਗ ਜਾਂਦਾ ਵੀ ਇਹਨੇ ਸਿਫਾਰਿਸ਼ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਹੈ, ਤਾਂ ਮਤਲਬ ਕੋਈ ਨਾ ਕੋਈ ਕਮੀ ਹੋਣੀ ਇਹਦੇ 'ਚ। ਤੁਸੀਂ ਬੈਠੇ ਹੋ ਅੱਜ, ਮੇਰੇ ਖਿਆਲ 'ਚ ਮੈਂ ਮੇਰੇ ਕੋਲ ਗਿਣਤੀ ਹੈ, ਇਹਦੇ ਵਿੱਚ 131 PSPCL 'ਚ ਕਲਰਕ ਨੇ, ਡਿਪਾਰਟਮੈਂਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਵਿੱਚ ਸਟਾਫ ਨਰਸਿਸ ਨੇ 48, ਔਰ 73 ਫਾਰਮੇਸੀ ਅਫਸਰ ਨੇ, 12 ਸਟਾਫ ਨਰਸਾਂ ਨੇ, ਮਲਟੀਪਰਪਜ਼ ਹੈਲਥ ਵਰਕਰ ਨੇ, ਕਲਰਕ ਨੇ। ਸੋ ਆਯੁਰਵੇਦਾ ਦੇ ਵੀ 33 ਨੇ। ਤੁਸੀਂ ਇੱਥੇ ਬੈਠੇ ਹੋ ਸਾਰੇ, ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸ ਦੇ ਕਿ ਕਿਸੇ MLA ਨੂੰ ਸਿਫਾਰਿਸ਼ ਕਰਨੀ ਪੈ ਗਈ ਹੋਵੇ, ਜਾਂ ਕੋਈ ਪੈਸਾ 1 ਰੁਪਈਆ ਵੀ ਦੇਣਾ ਪੈ ਗਿਆ ਹੋਵੇ, ਜਾਂ ਸਾਡਾ ਨੰਬਰ ਪਹਿਲਾਂ ਲਵਾ ਦੀ, ਜਾਂ ਸਾਡਾ ਮੈਰਿਟ 'ਚ ਨਾ ਪਵਾ ਦੀ। ਨਹੀਂ ਲਵਾਉਣਾ ਪੈਣਾ, ਮੈਂ ਇੰਨਾ ਉੱਪਰ ਨਹੀਂ ਪੁੱਛ ਸਕਦਾ। ਇਹ ਮੈਂ ਤਾਂ ਪੁੱਛ ਸਕਦਾ ਕਿਉਂਕਿ ਮੈਨੂੰ ਪਤਾ ਹੈ, ਹਿੰਮਤ ਵੀ ਉਹੀ ਕਰ ਸਕਦਾ ਨਾ ਸੱਚ ਬੋਲਣ ਦੀ ਜਿਹਨੂੰ ਪਤਾ। ਸੋ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਹੋਇਆ ਕਿ ਜਿਹੜਾ ਲੋੜਵੰਦ ਹੈ ਅਤੇ ਜਿਹੜਾ ਉਹਨੂੰ ਡਿਜ਼ਰਵ ਕਰਦਾ, ਉਸੇ ਨੂੰ ਨੌਕਰੀ ਮਿਲੂਗੀ, ਕੋਈ ਸਿਫਾਰਿਸ਼ ਨਹੀਂ ਚੱਲੂਗੀ। ਮੈਂ 2-3 ਵਾਰੀ ਇਹ ਗੱਲ ਦੱਸ ਚੁੱਕਿਆ, ਅੱਜ ਫਿਰ ਦੱਸ ਦਿੰਦਾ। ਇੱਕ ਵਾਰੀ ਇੱਦਾਂ ਹੀ ਮੈਂ ਇਸੇ ਭਵਨ 'ਚ ਕੋਈ 642 ਅਪੁਆਇੰਟਮੈਂਟ ਲੈਟਰ ਸੀ ਡਿਪਾਰਟਮੈਂਟ ਦੇ ਕਿਸੇ ਦੇ, ਉਹ ਮੈਂ ਵੰਡਣੇ ਸੀ। ਤਾਂ ਸਮਾਰੋਹ ਤੋਂ 2 ਦਿਨ ਪਹਿਲਾਂ, ਜਿਵੇਂ ਪਰਸੋਂ ਲਾ ਲਓ ਜਿਹੜੀ ਲੰਘ ਗਈ, ਮੈਨੂੰ ਮੇਰੇ ਇੱਕ MLA ਦਾ ਫੋਨ ਆਇਆ, ਕਹਿੰਦੇ ਜੀ 642 ਵੰਡ ਰਹੇ। ਮੈਂ ਕਿਹਾ ਹਾਂਜੀ। ਕਹਿੰਦੇ ਇੱਕ ਜਮੇ ਆਪਣਾ ਮੁੰਡਾ ਹੈ। ਅੱਛਾ ਜੀ, ਮੈਂ ਕਿਹਾ ਵਧੀਆ ਗੱਲ ਹੈ। ਨਹੀਂ ਨਹੀਂ, ਕਹਿੰਦੇ 5 ਨੰਬਰਾਂ 'ਤੇ ਰਹਿ ਗਿਆ। ਮੈਂ ਕਿਹਾ ਅੱਛਾ, ਫਿਰ ਕਹਿੰਦੇ 642 'ਚ ਉਹਦਾ ਨਾਂ ਨਹੀਂ ਆਇਆ। ਮੈਂ ਕਿਹਾ ਅੱਛਾ। ਕਹਿੰਦਾ ਹੈ ਜਮੇ ਹੀ ਆਪਣਾ।
ਮੈਂ ਕਿਹਾ ਅੱਛਾ ਫਿਰ ਹੁਣ ਕੀ ਕਰੀਏ ਫਿਰ? ਕਹਿੰਦਾ ਵੀ ਉਹ ਤਾਂ ਫਿਰ ਹੈ ਹੀ ਜਦੋਂ ਆਪਣਾ ਫਿਰ। ਮੈਂ ਕਿਹਾ ਅੱਛਾ ਠੀਕ ਹੈ, ਮੈਂ ਕਦੋਂ ਕਹਿੰਦਾ ਬਗਾਨਾ, ਪਰ ਕਰੀਏ ਕੀ ਇਹਦਾ ਹੁਣ? ਕਹਿੰਦਾ ਜੋ ਮਰਜ਼ੀ ਕਰੋ ਜੀ, ਹੁਣ ਆਪਣਾ ਉਹ ਤਾਂ, ਅਤੇ ਕਿਸੇ ਹੋਰ ਨੂੰ ਇੱਕ ਅੱਧੇ ਨੂੰ ਕੱਢ ਕੇ 642 'ਚ ਪਾ ਲਓ। ਮੈਂ ਕਿਹਾ ਵੀ ਮੈਂ ਪਾ ਲੈਂਦਾ, ਪਰ ਮੈਨੂੰ ਇਹ ਦੱਸ ਦਿਉ ਜਿਹੜੇ ਨੂੰ ਕੱਢਾਂਗੇ ਉਹ ਕਿਹਦਾ ਫਿਰ? ਉਹ ਨਹੀਂ ਆਪਣਾ ਹੈਗਾ, ਉਹਦੀ ਮਾਂ ਨੇ ਵੀ ਤਾਂ ਦੁੱਧ ਜਿਹੜਾ ਪਰਸੋਂ ਨੂੰ ਖੰਡ ਵਾਲਾ ਦਹੀਂ ਖਵਾ ਕੇ ਉਹ ਵੀ ਭੇਜੂਗੀ ਨਾ, ਵੀ ਜਾ ਪੁੱਤ ਨੌਕਰੀ ਲੈ ਕੇ ਆ, ਭੈਣ ਦੀ ਸ਼ਾਦੀ ਕਰਾਂਗੇ ਜਾਂ ਕਬੀਲਦਾਰ ਲਈ ਤਾਂ ਚੜ ਜੂਗੀ। ਮੈਂ ਕਿਹਾ 3.5 ਕਰੋੜ ਪੰਜਾਬ ਹੀ ਆਪਣਾ ਹੈ, ਤੁਸੀਂ ਆਪਣੇ ਵਾਲੇ ਨੂੰ ਕਹਿ ਦਿਉ ਅਗਲੀ ਵਾਰ ਮਿਹਨਤ ਕਰਕੇ 5 ਨੰਬਰ ਵੱਧ ਲੈ ਕੇ ਆਪਣੇ ਵਾਲਿਆਂ 'ਚ ਆ ਜਾਏ, ਕੋਈ ਪ੍ਰੋਬਲਮ ਨਹੀਂ। ਸੋਚ ਕਰਕੇ ਤੁਸੀਂ ਸਾਰੇ ਸਾਡੇ ਆਪਣੇ, ਤੁਸੀਂ ਬਗਾਨੇ ਨਹੀਂ ਹੈਗੇ। ਤਾਂ ਅਸੀਂ ਵਾਅਦਾ ਕੀਤਾ ਸੀ ਵੀ ਨੌਕਰੀਆਂ ਦੇਵਾਂਗੇ। ਉਹ ਕਹਿੰਦੇ ਆ ਕਿ ਪਹਿਲਾਂ ਇਰਾਦਾ ਕਰੋ ਫਿਰ ਵਾਅਦਾ ਕਰੋ। ਪਹਿਲਾਂ ਇਰਾਦਾ ਕੀਤਾ ਸੀ ਅਸੀਂ ਕਿ ਨੌਕਰੀਆਂ ਦੇਣੀਆਂ ਨੇ, ਬਿਜਲੀ ਫ੍ਰੀ ਕਰਨੀ ਹੈ, ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੇਣਾ, ਮਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਖੋਲ੍ਹਣੇ ਨੇ, ਉੱਥੇ ਡਾਕਟਰ ਰੱਖ ਕੇ ਦਵਾਈਆਂ ਸਾਰੀਆਂ ਫ੍ਰੀ ਦੇਣੀਆਂ ਨੇ, ਵਪਾਰ ਜਿਹੜਾ ਇੱਥੋਂ ਚਲਾ ਗਿਆ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਹੀ ਆਉਣਾ, ਪ੍ਰਾਈਵੇਟ ਜੋਬਸ ਵੀ ਕ੍ਰੀਏਟ ਕਰਨੀਆਂ ਕਰਨੀਆਂ ਨੇ, ਸਰਕਾਰੀ ਨੌਕਰੀਆਂ ਦੇਣੀਆਂ ਨੇ। ਇਹ ਪਹਿਲਾਂ ਸਾਡਾ ਇਰਾਦਾ ਕੀਤਾ ਫਿਰ ਵਾਅਦਾ ਕੀਤਾ, ਜਦੋਂ ਇਰਾਦਾ ਕੀਤਾ ਹੋਇਆ ਫਿਰ ਵਾਅਦਾ ਪੂਰਾ ਕਰਨ 'ਚ ਕੋਈ ਜ਼ਿਆਦਾ ਮੁਸ਼ਕਲ ਨਹੀਂ ਆਉਂਦੀ। ਸੋ ਅੱਜ ਤੁਸੀਂ ਅਲੱਗ ਅਲੱਗ ਕੁਰਸੀਆਂ 'ਤੇ ਬੈਠੋਗੇ, ਤੁਸੀਂ ਇਹ ਦੇਖ ਲਓ ਨਾ, ਤੁਸੀਂ ਤਾਂ ਪੜ੍ਹੇ ਲਿਖੇ ਹੋ, ਪੜ੍ਹੇ ਲਿਖੇ ਕੀ ਹੁਣ ਤਾਂ ਡਬਲ ਡਿਗਰੀ ਲਾ ਲਓ, ਜਿਹੜੇ ਧੱਕੇ ਖਾਧੇ ਨੇ ਉਹ ਵੀ ਇੱਕ ਡਿਗਰੀ ਹੋਈ ਹੈ, ਉਹ ਵੀ ਡਿਗਰੀ ਹੈ। ਧੁੱਪਾਂ 'ਚ ਬਹਿਣਾ, ਧੁੰਦਾਂ 'ਚ ਬਹਿਣਾ, ਪਾਣੀ ਦੀਆਂ ਬਾਛੜਾਂ ਟੈਂਕੀਆਂ 'ਤੇ ਚੜ੍ਹਨਾ, ਡਾਂਗਾਂ ਖਾਣੀਆਂ, ਇਹ ਵੀ ਡਿਗਰੀ ਹੋ ਜਾਂਦੀ ਹੈ ਇੱਕ। ਫਿਰ ਘਰੇ ਕਿਵੇਂ ਜਾਣ ਜਾਂਦੇ ਹੋ, ਕਿੰਨਾ ਹਾਲਾਤਾਂ 'ਚ ਘਰੇ ਕੁਛ ਹੋਰ ਇੰਤਜ਼ਾਰ ਹੋ ਰਿਹਾ ਹੁੰਦਾ ਕਿ ਸ਼ਾਇਦ ਅੱਜ ਜੋਬ ਲੈਟਰ ਮਿਲਣਗੇ, ਪਰ ਘਰੇ ਪੁੱਤ ਜਿਹੜਾ ਉਹ ਜ਼ਖਮੀ ਜਾਂਦਾ, ਉਹਨਾਂ ਜਿਨ੍ਹਾਂ ਮੋਢਿਆਂ 'ਤੇ ਪੰਜਾਬ ਦੀ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜ਼ਿੰਮੇਵਾਰੀ ਦਾ ਭਾਰ ਹੋਣਾ ਚਾਹੀਦਾ ਸੀ, ਉਹਨਾਂ ਮੋਢਿਆਂ 'ਤੇ ਸਰਕਾਰੀ ਲਾਠੀਚਾਰਜ ਦੇ ਜ਼ਖਮ ਹੁੰਦੇ ਨੇ, ਫਿਰ ਤਾਂ ਘਰੇ ਤਾਂ ਫਿਰ ਉਲਟਾ ਮਾਹੌਲ ਹੁੰਦਾ ਸੀ, ਦਿਲ ਵੀ ਟੁੱਟੇ ਕਈਆਂ ਦੇ। ਆਹੁਣੇ ਪਿੱਛੇ ਜੇ ਮੈਂ ਟੀਚਰ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਆ ਕੱਚੇ ਜਾਂ ਕੋਈ ਅਡਹੋਕ 'ਤੇ ਜਾਂ ਸਿੱਖਿਆ ਪ੍ਰੋਵਾਈਡਰ ਪਰ ਅਲੱਗ ਅਲੱਗ ਨਾਂ ਰੱਖੇ ਹੋਏ ਸੀ, ਉਹਨਾਂ ਨੂੰ ਮੈਂ ਰੈਗੂਲਰ ਕੀਤਾ, 58 ਸਾਲ ਤੱਕ ਉਹਨਾਂ ਨੂੰ ਦੀ ਨੌਕਰੀ ਪੱਕੀ ਕੀਤੀ, ਤਨਖਾਹਾਂ 3-3 ਗੁਣਾ ਵਧਾਈਆਂ। ਤਾਂ ਮੇਰੇ ਕੋਲ ਆ ਕੇ ਰੋਣ ਲੱਗ, ਰੋਣ ਕਿਸ ਗੱਲ ਕਰਕੇ ਲੱਗੇ? ਕਹਿੰਦੇ ਜੀ 2003 ਤੋਂ ਲੱਗੇ ਹੋਏ ਹਾਂ, 20 ਸਾਲਾਂ ਬਾਅਦ ਕਿਸੇ ਨੇ ਪੁੱਛਿਆ। ਕੋਈ ਕਹਿੰਦਾ 2007 ਤੋਂ ਲੱਗੇ ਹੋਏ ਹਾਂ, 16 ਸਾਲਾਂ ਬਾਅਦ ਕਿਸੇ ਨੇ ਪੁੱਛਿਆ। ਮਤਲਬ ਕਿੰਨਾ ਪੰਜਾਬ ਪਿੱਛੇ ਰਹਿ ਗਿਆ, ਪੁੱਛਣ ਵਾਲਾ ਹੈ ਹੀ ਨਹੀਂ ਸੀ ਕੋਈ। ਸੋ ਇਸ ਕਰਕੇ ਹੁਣ ਤੁਹਾਡਾ ਆਪਣਾ ਰਾਜ ਹੈ, ਔਰ ਨਾਲ ਇਹ ਵੀ ਹੈ ਜਿਹੜੀ ਅੱਜ ਨੌਕਰੀ ਮਿਲੂਗੀ ਇਹਨੂੰ ਆਖਰੀ ਨੌਕਰੀ ਨਾ ਸਮਝਿਓ, ਹਜੇ ਹੋਰ ਬਹੁਤ ਕੁਛ ਤੁਹਾਡਾ ਇੰਤਜ਼ਾਰ ਕਰ ਰਿਹਾ, ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ। ਇਹਦੀ ਮੈਂ ਐਗਜ਼ਾਮਪਲ ਦੇ ਦਿੰਦਾ, ਮੈਨੂੰ ਤੁਹਾਡੇ 'ਚੋਂ ਪਤਾ ਲੱਗਿਆ, ਇੱਕ ਫੰਕਸ਼ਨ ਸੀਗਾ ਲਾਈਨ ਮੈਨ ਸੀ ਮੇਰੇ ਖਿਆਲ 'ਚ ਸਰਾਂ ਸਾਹਿਬ ਟੈਗੋਰ ਥੀਏਟਰ 'ਚ ਕੀਤਾ ਸੀ, ਅਸਿਸਟੈਂਟ ਲਾਈਨ ਮੈਨ ਰੱਖੇ ਅਤੇ ਇੱਕ SDO ਵੀ ਰੱਖੇ ਬਿਜਲੀ ਬੋਰਡ 'ਚ। ਤਾਂ ਮੈਂ ਨਿਯੁਕਤੀ ਪੱਤਰ ਦੇ ਰਿਹਾ ਸੀਗਾ, ਅੱਜ ਵੀ ਇਸ ਤੋਂ ਬਾਅਦ ਆਪਾਂ ਨਿਯੁਕਤੀ ਪੱਤਰ ਦੇਣੇ। ਤਾਂ ਇੱਕ ਮੁੰਡਾ ਆ ਕੇ ਕਹਿੰਦਾ ਜੀ ਐਸੇ ਸਾਲ 'ਚ ਮੇਰੀ ਤੀਜੀ ਨੌਕਰੀ ਹੈ ਇਹ। ਮੈਂ ਕਿਹਾ ਵੀ ਐਸੇ ਸਾਲ 'ਚ ਤੀਜੀ ਨੌਕਰੀ ਕਿਵੇਂ ਹੋ ਸਕਦੀ ਹੈ, 1 ਸਾਲ 'ਚ ਤੀਜੀ ਨੌਕਰੀ ਮਿਲਦੀ? ਕਹਿੰਦੇ ਮੈਨੂੰ ਅਫਸਰਾਂ ਨੇ ਦੱਸਿਆ, ਕਹਿੰਦੇ ਹਾਂਜੀ ਪਹਿਲਾਂ ਕਲਰਕ ਭਰਤੀ ਹੋਇਆ ਸੀ, ਤੁਹਾਡੇ ਤੋਂ ਇਹਨੇ ਕਲਰਕੀ ਦਾ ਨਿਯੁਕਤੀ ਪੱਤਰ ਲਿਆ ਸੀ, ਉਹ ਤੋਂ ਬਾਅਦ
ਇਹ ਕਿਤਾਬਾਂ ਪੜ੍ਹਦਾ ਰਿਹਾ, ਸਿਲੇਬਸ ਪੜ੍ਹਦਾ ਰਿਹਾ, ਹੈੱਡ ਕਲਰਕ ਦਾ ਪੇਪਰ ਦੇ ਤਾ ਉਹ 'ਚ ਵੀ ਮੈਰਿਟ 'ਚ ਆ ਗਿਆ, ਉਹ ਤੋਂ ਬਾਅਦ ਮੈਨੂੰ ਕਲਰਕ ਵਾਲੀ ਜੋਬ ਛੱਡ ਕੇ ਹੈੱਡ ਕਲਰਕ ਵੀ ਤੁਹਾਡੇ ਤੋਂ ਨਿਯੁਕਤੀ ਪੱਤਰ ਲੈ ਲਿਆ, ਫਿਰ ਪੜ੍ਹਦਾ ਕਹਿੰਦਾ ਅੱਜ SDO ਦਾ ਮੈਰਿਟ 'ਚ ਆ ਗਿਆ, ਅੱਜ SDO ਦਾ ਨਿਯੁਕਤੀ ਪੱਤਰ ਤੁਹਾਡੇ ਤੋਂ ਲੈ ਰਿਹਾ। ਇੱਕ ਸਾਲ 'ਚ ਤਿੰਨ ਨੌਕਰੀਆਂ, ਕਿੱਥੇ 70 ਸਾਲ 'ਚ ਇੱਕ ਮੌਕਾ ਵੀ ਨਹੀਂ ਮਿਲਦਾ ਸੀ, ਕਿੱਥੇ ਇੱਕ ਸਾਲ 'ਚ ਤਿੰਨ ਤਿੰਨ ਮੌਕੇ ਨੇ। ਇਸ ਕਰਕੇ ਮੈਂ ਤੁਹਾਨੂੰ ਕਹਿਣਾ, ਇਸ ਕੁਰਸੀ ਨੂੰ ਤੁਸੀਂ ਆਖਰੀ ਨਾ ਸਮਝੋ, ਇਹਨੂੰ ਤਾਂ ਇੱਕ ਮੌਕਾ ਸਮਝਿਓ। ਬਹੁਤ ਸਾਰੇ ਕਲਰਕ ਇੱਦਾਂ ਦੇ ਨੇ ਜਿਹਨੇ ਬਾਅਦ 'ਚ IAS ਕਲੀਅਰ ਕੀਤੀ ਹੈ, UPSC ਕਲੀਅਰ ਕੀਤੀ ਹੈ, PPSC ਦੇ ਐਗਜ਼ਾਮ ਕਲੀਅਰ ਕੀਤੇ ਨੇ। ਸੋ ਵੱਡੇ ਅਫਸਰ ਬਣਨਾ, ਮੰਜ਼ਿਲਾਂ ਵੱਡੀਆਂ ਰੱਖਣੀਆਂ ਨੇ। ਅੱਜ ਤਾਂ ਸਿਰਫ ਤੁਹਾਨੂੰ ਇੰਨਾ ਕੁ ਸੌਖਾ ਹੋ ਗਿਆ, ਘਰ ਦੇ ਤੋਂ ਪੈਸੇ ਨਹੀਂ ਮੰਗਣੇ ਪੈਣਗੇ ਹੁਣ, ਵੀ ਆਪਦੀਆਂ ਕਿਤਾਬਾਂ ਸਿਲੇਬਸ ਦੀਆਂ ਜਾਂ ਕੋਈ ਟਿਊਸ਼ਨ ਦੀਆਂ ਕੋਚਿੰਗ ਦੀਆਂ ਉੱਥੋਂ। ਅਤੇ ਕੋਚਿੰਗ ਵਾਸਤੇ ਵੀ ਅਸੀਂ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਕਿ UPSC ਦੇ ਕੋਚਿੰਗ, IAS IPS ਦੇ ਕੋਚਿੰਗ ਸੈਂਟਰ ਜਿਹੜੇ ਨੇ ਮਹਿੰਗੇ ਨੇ, ਉਹ ਫੀਸਾਂ ਮਹਿੰਗੀਆਂ ਨੇ, ਹੈ ਨਹੀਂ ਆਲੇ ਦੁਆਲੇ, ਹੋਸਟਲਾਂ 'ਚ ਰਹਿਣਾ ਪੈਂਦਾ ਜਾਂ ਕਿਰਾਏ 'ਤੇ PGਆਂ 'ਚ ਰਹਿਣਾ ਪੈਂਦਾ। ਤਾਂ ਅਸੀਂ ਪੰਜਾਬ ਦੇ ਵਿੱਚ UPSC ਦੇ ਕੋਚਿੰਗ ਸੈਂਟਰ ਖੋਲ੍ਹਾਂਗੇ 8, ਔਰ ਬਿਲਕੁਲ ਫਰੀ ਐਂਡ ਫਰੀ ਟੂ ਆਲ। ਕੋਈ ਉਹਦੇ 'ਚ ਇਹ ਨਹੀਂ ਹੈਗਾ ਕੋਈ BPL ਕਾਰਡ ਵਾਲਾ ਆਊਗਾ, ਨੀਲੇ ਕਾਰਡ ਵਾਲਾ ਆਊਗਾ, ਨਾ। ਜਿਹੜਾ ਵੀ ਉੱਥੇ ਜਾਣਾ, ਨਾਲ ਹੋਸਟਲ ਵੀ ਬਣਾਵਾਂਗੇ, ਉਹਨਾਂ ਬਿਲਡਿੰਗਾਂ 'ਚ ਹੋਸਟਲ ਬਣਾਵਾਂਗੇ, ਲਾਇਬ੍ਰੇਰੀ ਬਣਾਵਾਂਗੇ, ਉੱਥੇ ਉੱਥੇ ਹੀ ਪੜ੍ਹੋ, ਉੱਥੇ ਹੀ ਰਹੋ, ਔਰ ਉੱਥੇ ਹੀ ਕੋਚਿੰਗ ਲਓ, ਅਫਸਰ ਬਣ ਕੇ ਬਾਹਰ ਨਿਕਲੋ। ਕੌਣ ਰੋਕਦਾ ਤੁਹਾਨੂੰ? ਅਸਮਾਨ ਹੈ ਤੁਹਾਡੇ ਕੋਲ ਉੱਡਣ ਨੂੰ, ਖੰਭ ਪਰਮਾਤਮਾ ਨੇ ਦਿੱਤੇ ਨੇ, ਟੈਲੈਂਟ ਪਰਮਾਤਮਾ ਨੇ ਦਿੱਤਾ, ਉੱਡਣ ਲਈ ਅਸਮਾਨ ਹੈਗਾ, ਔਰ ਸਰਕਾਰ ਤੁਹਾਨੂੰ ਅਸਮਾਨ ਦੇ ਰਹੀ ਹੈ। ਉਹ ਰਨਵੇ ਜਿਹੜਾ ਹੁੰਦਾ ਉਹ ਜਹਾਜ਼ ਨੂੰ ਉਡਾਉਂਦਾ ਥੋੜ੍ਹੀ ਹੈ, ਰਨਵੇ ਜਹਾਜ਼ ਨੂੰ ਮੌਕਾ ਦਿੰਦਾ। ਅੱਗੇ ਤਾਂ ਜਹਾਜ਼ 'ਤੇ ਡਿਪੈਂਡ ਕਰਦਾ, ਉਹ ਦਿੱਲੀਓਂ ਉੱਡ ਕੇ 25 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਹੈ, ਜਾਂ ਫਿਰ ਦਿੱਲੀਓਂ ਉੱਡ ਕੇ 14 ਘੰਟਿਆਂ ਬਾਅਦ ਸਨ ਫ੍ਰਾਂਸਿਸਕੋ ਉਤਰਦਾ। ਪਰ ਰਨਵੇ ਤਾਂ ਮੌਕਾ ਦੇਣਾ ਹੁੰਦਾ, ਰਨਵੇ ਨੇ ਤਾਂ ਮੌਕਾ ਦਿੱਤਾ, ਅਸੀਂ ਤਾਂ ਇੱਕ ਮੌਕਾ ਹੀ ਦੇ ਸਕਦੇ। ਉੱਡਣਾ ਤੁਹਾਡਾ ਕੰਮ ਹੈ, ਕਿੱਡੀ ਦੂਰ ਉੱਡਣਾ, ਤੁਹਾਡੇ ਇੰਜਨ ਕਿੰਨੇ ਕੁ ਸ਼ਕਤੀਸ਼ਾਲੀ ਨੇ। ਪਰ ਹਾਂ, ਇੱਕ ਗੱਲ ਯਾਦ ਰੱਖਿਓ ਕਿ ਜਦੋਂ ਉੱਡ ਜੇ ਨਾ ਜਹਾਜ਼, ਤਾਂ ਹਾਂ ਰਨਵੇ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ, ਕਿਉਂਕਿ ਥੱਲੇ ਵੀ ਉਤਰਨਾ ਹੁੰਦਾ ਹੈ। ਹਾਂ, ਥੋੜ੍ਹਾ ਜਿਹਾ ਧਰਤੀ ਨਾਲ ਪੈਰ ਜੜਾਂ ਨਾਲ ਥੋੜ੍ਹਾ ਜਿਹਾ ਜੁੜਿਆ ਰਹਿਣਾ ਚਾਹੀਦਾ। ਔਰ ਜਿੰਨੇ ਵੀ ਜਹਾਜ਼ ਕਰੈਸ਼ ਹੁੰਦੇ ਨੇ ਨਾ, ਜਿਹੜੇ ਜਹਾਜ਼ ਜਿਹੜੇ ਜਿਹਨਾਂ ਦਾ ਜਹਾਜ਼ ਡਿੱਗ ਪੈਂਦੇ ਨੇ, ਉਹਨੇ ਸਭ ਤੋਂ ਪਹਿਲਾਂ ਖਬਰ ਹੀ ਇਹ ਆਉਂਦੀ ਹੁੰਦੀ ਹੈ ਕਿ 2:35 'ਤੇ ਧਰਤੀ ਨਾਲੋਂ ਨਾਤਾ ਟੁੱਟ ਗਿਆ ਸੀ। ਫਿਰ ਜਦੋਂ ਧਰਤੀ ਨਾਲ ਨਾਤਾ ਟੁੱਟ ਜਾਂਦਾ ਨਾ ਕਿਸੇ ਦਾ, ਤਾਂ ਜਾ ਕੇ ਫਿਰ ਉਹ ਟੁਕੜਿਆਂ 'ਚ ਹੀ ਤਾਂ ਆਉਂਦਾ, ਫਿਰ ਉਹ ਇੱਕ ਟੁਕੜਾ ਇੱਥੋਂ 'ਤੇ ਆਇਆ, ਇੱਕ ਉੱਥੋਂ 'ਤੇ ਆਇਆ। ਸੋ ਇਸ ਕਰਕੇ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ, ਜੇ ਨੌਕਰੀ ਵਾਲੇ ਹੋ ਗਏ ਅੱਜ, ਇਹ ਨਾ ਕਿਤੇ ਹੋ ਗਏ ਕਿ ਸ਼ਰੀਕਾਂ ਦੇ ਘਰ ਮੂਹਰੇ ਜਾ ਕੇ ਲਲਕਾਰੇ ਮਾਰਨ ਲੱਗ ਜਾਓ, ਨਿਕਲੋ ਬਾਹਰ ਹੋਏ, ਉਹਨਾਂ ਨੂੰ ਵੀ ਨਾਲ ਲੱਗੇ ਚੱਲਣਾ, ਬਲਕਿ ਉਹਨਾਂ ਨੂੰ ਦੱਸਿਓ ਕਿ ਕਿਹੜੇ ਕਿਹੜੇ ਤਰੀਕੇ ਨੇ, ਕਿਹੜੇ ਟੈਸਟ ਦੇਣੇ ਪੈਂਦੇ ਨੇ। ਦੇਖੋ, ਇੱਕ ਮੁਹੱਲੇ 'ਚੋਂ ਜਾਂ ਇੱਕ ਪਿੰਡ 'ਚੋਂ ਕੋਈ ਮੁੰਡਾ ਇੱਕ ਕਾਮਯਾਬ ਹੋ ਜਾਵੇ, 10-15 ਉਸੇ ਪਿੰਡ 'ਚੋਂ ਹੋਰ ਕਾਮਯਾਬ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਇੱਕ ਰਾਹ ਖੁੱਲ੍ਹ ਜਾਂਦਾ, ਬਾਈ ਕਿਵੇਂ ਕੀਤਾ ਸੀ ਤੂੰ, ਮੈਨੂੰ ਵੀ ਦੱਸ ਦੇ। ਬਿਲਕੁਲ ਇਸ ਤਰ੍ਹਾਂ ਮੁਹੱਲਿਆਂ 'ਚ, ਜੇ ਮੁਹੱਲੇ 'ਚ ਕੋਈ ਮੁੰਡਾ ਜਾਂ ਕੁੜੀ ਕਾਮਯਾਬ ਹੋ ਜਾਵੇ, ਤਾਂ ਉਹ ਆਲੇ ਦੁਆਲੇ ਦੇ ਗੁਆਂਢੀ ਆਉਣ ਲੱਗ ਜਾਂਦੇ, ਜੀ ਕਿਵੇਂ ਕੀਤਾ ਸੀ ਵੀ ਆਪਣੇ ਮੁੰਡੇ ਨੂੰ, ਅਸੀਂ ਆਪਣੀ ਕੁੜੀ ਨੂੰ ਇੱਦਾਂ ਦੀ ਪੜ੍ਹਾਈ ਕਰਾਉਣਾ ਚਾਹੁੰਦੇ ਹਾਂ। ਜੇ ਉਹ ਮੁੰਡਾ ਘਰੋਂ ਬਾਹਰ ਜਾ ਕੇ ਪੜ੍ਹਨ ਦੇ ਬਹਾਨੇ ਬੁਰੀ ਸੰਗਤ ਦਾ ਸ਼ਿਕਾਰ ਹੋਵੇ ਅਤੇ ਕਿਸੇ ਹੋਰ ਕੰਮਾਂ 'ਚ ਪੈ ਜੇ, ਫਿਰ ਸਮਝ ਲਓ ਇਕੱਲਾ ਨਹੀਂ, ਉਹਨੇ 10-15 ਦਾ ਹੋਰ ਵੀ ਫਿਊਚਰ ਖਰਾਬ ਕਰਤਾ, ਕਿਉਂਕਿ ਮਾਪੇ ਫਿਰ ਕਹਿਣਗੇ ਨਹੀਂ ਉਹਨਾਂ ਦਾ ਮੁੰਡਾ ਗਿਆ ਸੀ ਉੱਥੇ, ਆਹ ਦੇਖ ਲਿਆ ਕੀ ਚੰਦ ਚੜ੍ਹ ਕੇ ਆਇਆ, ਇਸ ਕਰਕੇ ਮੈਂ ਸਿੰਦੇ ਨੂੰ ਭੇਜ ਦੇ ਉੱਥੇ। ਸੋ ਇਹ ਬਹੁਤ ਡਿਪੈਂਡ ਕਰਦਾ, ਤੁਸੀਂ ਆਪਣੇ ਆਪ ਨੂੰ ਰੋਲ ਮਾਡਲ ਸਮਝ ਲਓ, ਚੱਲ 15-20 ਦੇ ਸਮਝ ਲਓ, ਰੋਲ ਮਾਡਲ ਮੰਨੋ ਕਿ ਮੇਰੇ ਨਾਲ 15-20 ਹੋਰ ਨੇ,
ਜੇ ਮੈਂ ਕੁਝ ਗਲਤ ਕਰਦਾ ਸਮਝ ਉਹ ਗਏ ਫਿਰ, ਜੇ ਮੈਂ ਕੁਝ ਚੰਗਾ ਕਰਦਾ ਉਹ ਆ ਗਏ ਫਿਰ। ਸੋ ਇਸੇ ਕਰਕੇ ਮੈਂ ਮੁੱਖ ਮੰਤਰੀ ਬਣ ਗਿਆ। ਵੇ ਮੁੱਖ ਮੰਤਰੀ ਬਣਨ ਦਾ ਮਤਲਬ ਇਹ ਥੋੜ੍ਹੀ ਤੁਸੀਂ ਲੈ ਮਹਿਲਾਂ ਦੇ ਕੋਂਡੇ ਲਾ ਕੇ ਬਹਿ ਜਾਓ ਅੰਦਰ ਕਿ ਸਾਨੂੰ ਕੋਈ ਜਨਤਾ ਨਾਲ ਮਿਲ ਲਈ ਕਿਤੇ ਆ ਕੇ। ਉਹ ਤੋਂ ਪਹਿਲਾਂ ਨੇ ਨਹੀਂ ਕੀਤਾ। ਮੁੱਖ ਮੰਤਰੀ ਬਣ ਕੇ ਵੱਡੇ ਵੱਡੇ ਉਹਨਾਂ ਦੇ ਮਹਿਲ ਸੀ, ਵੱਡੇ ਵੱਡੇ ਦਰਵਾਜ਼ੇ ਸੀ, ਕੁੰਡੇ ਵੀ ਇੰਨੇ ਚੌੜੇ ਸੀ, ਕੁੰਡੇ ਅੰਦਰੋਂ ਬੰਦ ਕਰ ਲਏ, ਕਹਿੰਦੇ ਆਮ ਜਨਤਾ ਨੇੜੇ ਨਾ ਆ ਜਾਏ। ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਲੋਕਾਂ ਨੇ ਬਾਹਰੋਂ ਕੁੰਡੇ ਲਾਤੇ, ਕਹਿੰਦੇ ਤੁਸੀਂ ਬਾਹਰ ਵੀ ਨਾ ਆ ਜਾਓ। ਉਹ ਬੈਠੇ ਨੇ ਅੰਦਰ ਹੀ ਹੁਣ ਤੇ ਕੀ ਕਰ ਰਹੇ ਨੇ, ਮਾਫ ਕਰਨਾ ਤੁਸੀਂ ਪੜ੍ਹੇ ਲਿਖੇ ਹੋ, ਕੀ ਕਰ ਰਹੇ ਨੇ ਉਹ ਜੋੜ ਤੋੜ। ਮੈਂ ਉੱਧਰ ਵਗ ਜਾਂ, ਮੇਰਾ ਇਹਦੇ ਨਾਲ ਲੈਂਸ ਹੋ ਜਾਏ, ਸਾਡੇ ਕੋਲ ਪੈਸੇ ਹੈਗੇ ਨੇ। ਸੋ ਇਸ ਕਰਕੇ ਆਹ ਜਿਹੜਾ ਹੁਣ ਤੁਹਾਨੂੰ ਪਹਿਲਾਂ ਕੋਰਟਾਂ 'ਚ ਰੁੜਨਾ ਪਿਆ, ਕਿੰਨੇ ਸਾਲ ਵੇਸਟ ਹੋ ਗਏ, ਉਹਦੀ ਕੋਈ ਵੈਲਿਊ ਨਹੀਂ ਹੈਗੀ, ਕੀ ਟਾਈਮ ਦੀ ਕੋਈ ਵੈਲਿਊ ਨਹੀਂ ਹੁੰਦੀ। ਪਰ ਅਸੀਂ ਤੁਹਾਡੇ ਵਾਸਤੇ ਜੋੜ ਤੋੜ ਕਰਕੇ ਜੋ ਮਰਜ਼ੀ ਕਰੀਏ, ਅਸੀਂ ਤੁਹਾਡੀ ਕੁਰਸੀ ਸਿਕਿਓਰ ਕਰਨੀ ਚਾਹੁੰਦੇ ਹਾਂ। ਇੰਨਾ ਹੀ ਫਰਕ ਹੈ। ਭਗਵੰਤ ਮਾਨ ਆਪਦੇ ਨੌਜਵਾਨਾਂ ਦੀ, ਆਪਦੇ ਪੰਜਾਬ ਦੇ ਜਿਹੜੇ ਮੁੰਡੇ ਕੁੜੀਆਂ ਦੀ ਕੁਰਸੀ ਵਾਸਤੇ ਜੋੜ ਤੋੜ ਕਰ ਰਿਹਾ, ਅਤੇ ਆ ਜਿਹੜੇ ਦੂਜੇ ਨੇ ਉਹ ਸਿਰਫ ਆਪਦੀ ਕੁਰਸੀ ਲਈ ਜੋੜ ਤੋੜ ਕਰ ਰਹੇ ਨੇ। ਮੈਂ ਇਹਨਾਂ ਨਾਲ ਹੋ ਜਾਂ ਤਾਂ ਮੈਂ ਮਿਨਿਸਟਰ ਬਣ ਜੂੰ, ਇਹਦੇ ਨਾਲ ਜੁੜ ਜਾਈਏ ਤਾਂ ਐਂ ਬਣ ਜਾਂਗੇ। ਬਾਕੀ ਪਬਲਿਕ ਹੈ, ਸਿਆਣੀ ਹੈ, ਸਾਰਾ ਕੁਝ ਪਤਾ ਉਹਨਾਂ ਨੂੰ। ਉਹੀ ਖੰਭੇ ਨੇ, ਬਿਜਲੀ ਬੋਰਡ ਦੇ ਬਹੁਤ ਵੱਡੇ ਅਫਸਰ ਨੇ, ਸਭ ਤੋਂ ਵੱਡੇ ਅਫਸਰ ਨੇ, ਕਈ ਸਾਲਾਂ ਤੋਂ ਨੇ। ਉਹਨਾਂ ਵੇਲੇ ਵੀ ਇਹੀ ਸੀ, ਅਫਸਰ ਇਹੀ ਸੀ, ਖੰਭੇ ਵੀ ਇਹੀ ਸੀ, ਤਾਰਾਂ ਵੀ ਇਹੀ ਸੀ, ਟਰਾਂਸਫਾਰਮਰ ਵੀ ਇਹੀ ਸੀ, ਜੈਂਪਰ ਵੀ ਉਹੀ ਸੀ, ਫਿਊਜ ਵੀ ਉਹੀ ਸੀ, ਗ੍ਰਿੱਡ ਵੀ ਉਹੀ ਸੀ, ਸੁੱਚਾਂ ਵੀ ਉਹੀ ਸੀ, ਮੋਟਰਾਂ ਵੀ ਉਹੀ ਨੇ। ਅਤੇ ਹੁਣ ਕਿਵੇਂ ਚੱਲਦੀਆਂ ਨੇ ਜੀ, 15-15 ਘੰਟੇ, 16-16 ਘੰਟੇ? ਕਾਰਨ ਕੀ ਹੈ? ਇੱਛਾ ਸ਼ਕਤੀ, ਵਿਲ ਪਾਵਰ। ਇੱਛਾ ਸ਼ਕਤੀ ਹੈ ਹੀ ਨਹੀਂ ਸੀ, ਕੋਈ ਧਿਆਨ ਹੀ ਨਹੀਂ ਸੀ। 8 ਘੰਟੇ ਬਿਜਲੀ ਦੇਵਾਂਗੇ, 8 ਘੰਟਾ 'ਚੋਂ ਘੰਟਾ ਆ ਗਈ, 1.5 ਘੰਟਾ ਬੰਦ, 2 ਘੰਟੇ ਆ ਗਈ, ਘੰਟਾ ਬੰਦ, ਉਹ ਗਰਮ ਹੋ ਗਿਆ ਜੀ ਫਲਾਨਾ ਗ੍ਰਿੱਡ। ਅਤੇ ਅਸੀਂ ਕਿਹੜਾ ਹੁਣ ਬਰਫ਼ ਚਲਾ ਕੇ ਗ੍ਰਿੱਡ ਚਲਾ ਰਹੇ ਹਾਂ, ਅਤੇ ਹੁਣ ਕਿਉਂ ਨਹੀਂ ਗਰਮ ਹੋਏ ਗ੍ਰਿੱਡ? ਪਲੈਨਿੰਗ ਬਣਾਉਣੀ ਹੁੰਦੀ ਹੈ। ਅਸੀਂ ਪੰਜਾਬ ਨੂੰ 4 ਜ਼ੋਨਾਂ 'ਚ ਵੰਡ ਲਿਆ ਕਿ ਜੀਰੀ ਇੰਨੇ ਜ਼ਿਲ੍ਹੇ ਇੰਨੀ ਤਰੀਕ ਨੂੰ ਲਾਉਣਗੇ, ਉਹਨਾਂ ਨੂੰ ਦੇਵਾਂਗੇ ਬਿਜਲੀ ਪਹਿਲਾਂ, ਫਿਰ ਇੰਨਿਆਂ ਨੂੰ ਦੇਵਾਂਗੇ, ਫਿਰ ਇੰਨਿਆਂ ਨੂੰ, ਉਹਦੇ ਨਾਲ ਗ੍ਰਿੱਡਾਂ 'ਤੇ ਲੋਡ ਨਹੀਂ ਪੈਂਦਾ। ਅਤੇ ਨਾਲੇ ਬਿਜਲੀ 12-12, 14-14, 15-15, ਕਈ ਜਗ੍ਹਾ ਤੋਂ ਵੀਡੀਓ ਆਈਆਂ ਨੇ ਕਿ 24 ਘੰਟੇ ਹੋ ਗਏ ਯਾਰ, ਜਾਂਦੀ ਨਹੀਂ। ਹੁਣ ਤਾਂ ਇਸ ਗੱਲ 'ਤੇ ਧਰਨਾ ਦੇਣ ਬਾਰੇ ਸੋਚ ਰਹੇ ਆ ਕਈ ਪਿੰਡਾਂ ਦੇ ਲੋਕ, ਯਾਰ ਬੱਸ ਕਰੋ ਯਾਰ, ਹੁਣ ਬਿਜਲੀ ਸਾਡੀਆਂ ਵੱਟਾਂ ਟੁੱਟੀ ਜਾਂਦੀਆਂ ਨੇ, ਹੈ ਨਾ। ਉੱਤੋਂ ਨਹਿਰ ਵਾਲਾ ਪਾਣੀ ਆ ਗਿਆ, ਕੱਸੀਆਂ ਚੱਲ ਪਈਆਂ ਪੁਰਾਣੀਆਂ, ਉਹੀ ਕੱਸੀਆਂ ਨੇ, ਉਹੀ ਸੂਏ ਨੇ, ਉਹੀ ਰਜਵਾਏ ਨੇ, ਹੁਣ ਕਿਵੇਂ ਚੱਲ ਪਏ ਜੀ? ਉਹੀ ਕੋਲੇ ਦੀ ਖਾਣ 2015 ਤੋਂ ਬੰਦ ਪਈ ਸੀ, ਝਾਰਖੰਡ ਜਿਹੜੀ ਪੰਜਾਬ ਦੀ ਹੈ, ਅਤੇ ਉਹ ਵੀ ਅਸੀਂ ਚਲਾ ਲਈ 8 ਸਾਲਾਂ ਬਾਅਦ। ਉਹ ਕੋਲਾ ਇੰਨਾ ਹੋਇਆ ਪਿਆ ਸਾਨੂੰ, ਅਸੀਂ ਥਰਮਲ ਪਲਾਂਟ ਖਰੀਦ ਰਹੇ ਹਾਂ, ਵੀ ਉਹਨਾਂ ਅਸੀਂ ਅਸੀਂ ਥਰਮਲ ਪਲਾਂਟ ਚਲਾ ਲਾਂਗੇ, ਜਾਂ ਪ੍ਰਾਈਵੇਟ ਵਾਲੇ ਤੁਸੀਂ ਐਂ ਕਰੋ ਸਾਨੂੰ ਫੜਾਓ, ਅਸੀਂ ਚਲਾ ਕੇ ਦਿਖਾਉਂਦੇ ਜੀ। ਪ੍ਰਾਈਵੇਟ ਵਾਲੇ ਘਾਟੇ 'ਚ ਨੇ, ਸਰਕਾਰ ਕਹਿੰਦੀ ਸਾਨੂੰ ਦੇ ਦਿਓ, ਅਸੀਂ ਸਸਤੀ ਬਿਜਲੀ ਬਣਾ ਕੇ ਦਿਖਾਵਾਂਗੇ ਇੱਥੋਂ, ਨਹੀਂ ਤਾਂ ਆ ਕੇ ਸਰਕਾਰ ਪ੍ਰਾਈਵੇਟ ਕਰ ਦਿੰਦੀ ਹੈ, ਸਾਰਿਆਂ ਨੂੰ ਉਲਟਾ ਕਰ ਦਿੰਦੇ ਹੈ। ਸੋ ਇਸ ਕਰਕੇ ਤਨਖਾਹਾਂ, ਅੱਛਾ ਬਿਜਲੀ ਬੋਰਡ ਦਾ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਕਰਜ਼ਾ ਲੈ ਕੇ ਇਹਨਾਂ ਨੂੰ ਆਰਡਰ ਦੇ ਦਿਓ, 16 ਘੰਟੇ ਬਿਜਲੀ ਨਹੀਂ ਕੱਟਣੀ, ਆਰਡਰ ਦੇਣਾ। ਇਹ ਤਾਂ ਜੀ ਅਫਸਰ ਨੇ, ਮੰਨਣੀ ਪਊਗੀ, ਮੁੱਖ ਮੰਤਰੀ ਦੀ ਮੰਨਣੀ ਪਊਗੀ, ਬਿਜਲੀ ਮੰਤਰੀ ਦੀ ਮੰਨਣੀ ਪਊਗੀ। 16 ਘੰਟੇ ਬਿਜਲੀ ਤਾਂ ਦੇ ਦੇਣਗੇ, ਜਿਹੜਾ ਤਨਖਾਹ ਦੇਣੀ ਹੈ ਉਹ ਕਿੱਥੋਂ ਦੇਣਗੇ ਫਿਰ? ਸਬਸਿਡੀ ਕਿੱਥੋਂ ਦੇਣਗੇ? ਇਹ ਇੰਨੀ ਮੁਫ਼ਤ ਬਿਜਲੀ ਚੱਲ ਰਹੀ ਹੈ, ਅਤੇ ਫਿਰ ਤੁਹਾਡੀਆਂ ਤਨਖਾਹਾਂ ਰੁਕਣਗੀਆਂ? ਅਸੀਂ ਬਿਜਲੀ ਬੋਰਡ ਨੂੰ ਵੀ 1 ਰੁਪਏ ਦਾ ਘਾਟਾ ਨਹੀਂ ਪੈਣ ਦਿੰਦੇ। 20,200 ਕਰੋੜ ਰੁਪਇਆ ਪਿਛਲੇ ਸਾਲ ਦੀ ਸਬਸਿਡੀ ਸੀ, ਸਰਾਂ ਸਾਹਿਬ ਮੋੜਤੀ ਨਾ, ਦੱਸਦੇ ਕਰੋ, ਅਸੀਂ ਪੈਸੇ ਦੇ ਦਿੰਦੇ।
9000 ਤੋਂ ਉੱਪਰ, 9000 ਕਰੋੜ ਤੋਂ ਉੱਪਰ ਸਾਨੂੰ ਪਿਛਲੀਆਂ ਸਰਕਾਰਾਂ ਇਹਨਾਂ ਦਾ ਕਰਜ਼ਾ ਛੱਡ ਕੇ ਗਈਆਂ ਸੀ। ਹੁੰਦਾ ਨਹੀਂ ਜਿਵੇਂ ਵੀ ਆਪਾਂ ਕਹਿੰਦੇ ਹਾਂ ਵੀ ਫਲਾਨਿਆਂ ਦਾ ਬਾਪੂ 10 ਕਿੱਲੇ 'ਤੇ ਇੱਕ ਸ਼ੋਅਰੂਮ ਛੱਡ ਗਿਆ, ਫਲਾਨੇ ਦਾ ਉਹਦਾ ਦਾਦਾ ਜਿਹੜਾ ਸੀ ਉਹ ਉਸ ਜ਼ਮਾਨੇ ਭਾਈ ਉਹਨਾਂ ਨੂੰ ਐਂ ਕਰਕੇ ਆ ਸ਼ਹਿਰ 'ਚ ਪ੍ਰੋਪਰਟੀ ਛੱਡ ਗਿਆ। ਅਤੇ ਜਿਹੜੇ ਮੈਨੂੰ ਬਜ਼ੁਰਗ ਮਿਲੇ ਉਹ ਆਪਾਂ ਨੂੰ 9000 ਤਾਂ ਪਹਿਲਾਂ ਬਿਜਲੀ ਬੋਰਡ 'ਤੇ ਹੀ ਛੱਡ ਗਈ, ਵਿਰਸੇ 'ਚ ਮਿਲਿਆ ਹੋਇਆ ਕਰਜ਼ਾ ਸਾਨੂੰ ਇਹ ਉਹਦੀਆਂ ਵੀ ਅਸੀਂ ਕਿਹਾ ਵੀ ਇਹ ਇਕੱਠੇ ਤਾਂ ਦੇਖੋ ਮੁਸ਼ਕਿਲ ਹੈ, ਮੋੜ ਤਾਂ ਦੇਵਾਂਗੇ ਪਰ ਕਿਸ਼ਤਾਂ ਕਰ ਲਓ। 1804 ਕਰੋੜ ਰੁਪਏ ਦੀ ਕਿਸ਼ਤ ਕੀਤੀ ਹੈ, 5 ਸਾਲਾਂ 'ਚ ਮੋੜ ਦਾਂਗੇ। ਪਹਿਲੀ ਕਿਸ਼ਤ ਆ ਗਈ ਜੀ, ਬਸ ਸਾਨੂੰ ਦੱਸ ਦਿਆ ਕਰੋ ਬਸ ਉਹ ਕਿਸ਼ਤ ਜਾਂ ਜਿਹੜੇ ਪੈਸੇ ਮੋੜ ਰਹੇ ਉਹਦੇ ਨਾਲ ਥੋੜ੍ਹੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ, ਉਹਦੇ ਨਾਲ ਨਵੀਆਂ ਤਾਰਾਂ ਪਾ ਲਾਂਗੇ ਆਪਾਂ, ਉਹਦੇ ਨਾਲ ਨਵੇਂ ਗ੍ਰਿੱਡ ਬਣਾ ਲਾਂਗੇ ਆਪਾਂ। ਫਿਰ ਕਿਉਂ ਬਿਜਲੀ ਜਾਊਗੀ? ਬਿਜਲੀ ਵੇਚਿਆ ਕਰਾਂਗੇ ਆਪਾਂ ਦੂਜੇ ਸਟੇਟਾਂ ਨੂੰ? ਅਸੀਂ ਸਗੋਂ ਸਰਪਲਸ ਹੋ ਗਏ ਤਾਂ ਸਾਡੇ ਤੋਂ ਸਿੱਖਣਗੇ ਉਹ ਕਿ ਕਮਾਲ ਹੈ ਯਾਰ ਪੰਜਾਬ ਸਰਕਾਰ ਕਿਵੇਂ ਬਿਲਕੁਲ ਉਲਟਾ ਕੰਮ ਕਰਤਾ, ਨੈਗੇਟਿਵ ਤੋਂ ਪੋਜ਼ਿਟਿਵ 'ਚ ਲਿਆ ਹੈ। ਫਿਰ ਮੈਂ ਇਹ ਕਹਿੰਦਾ ਇੱਛਾ ਸ਼ਕਤੀ। ਸੋ ਬਿਜਲੀ ਬੋਰਡ ਦੇ ਵਿੱਚ ਤੁਸੀਂ ਆਮ ਤੌਰ 'ਤੇ ਬਿਜਲੀ ਬੋਰਡ ਜਿਹੜਾ ਉਹ ਆਮ ਤੌਰ 'ਤੇ ਧਰਨੇ ਲੱਗਦੇ ਆ ਗ੍ਰਿੱਡਾਂ ਮੂਹਰੇ ਜਾਂ ਕੋਈ ਵੀ ਸਾਨੂੰ ਆ ਨਹੀਂ ਹੁੰਦਾ, ਪਰ ਇਸ ਵਾਰ ਮੈਂ ਵਧਾਈ ਦੇਣੀ ਚਾਹੁੰਦਾ ਇਸ ਗੱਲ ਲਈ ਕਿ ਕੋਈ ਇਸ ਕਿਸਮ ਦੀ ਦਿੱਕਤ ਜਾਂ ਕੋਈ ਕੋਈ ਠੀਕ ਹੈ ਕਿਤੇ ਕੋਈ ਹਨੇਰੀ ਜ਼ਿਆਦਾ ਆ ਗਈ ਜਾਂ ਕੋਈ ਇੱਦਾਂ ਦਾ ਕੋਈ ਪਾਵਰ ਕੱਟ ਲੱਗ ਗਿਆ ਮੌਸਮ ਕਰਕੇ, ਕੋਈ ਖੰਭਾ ਜਾਂ ਕੋਈ ਟਰਾਂਸਫਾਰਮਰ ਡਿੱਗ ਪਿਆ, ਨਹੀਂ ਤਾਂ ਕੋਈ ਸਰਕਾਰ ਵਾਲੇ ਪਾਸਿਓਂ ਨਾ ਇੰਡਸਟਰੀ ਨੂੰ ਨਾ ਘਰੇਲੂ ਇੱਕ ਵੀ ਕੱਟ ਪਾਵਰ ਕੱਟ ਅਸੀਂ ਪ੍ਰਪੋਜ਼ ਨਹੀਂ ਕੀਤਾ ਕਿ ਤੁਸੀਂ ਪਾਵਰ ਕੱਟ ਲਾਓ। ਹੈਲਥ ਡਿਪਾਰਟਮੈਂਟ ਦੇ ਵਿੱਚ ਮੁਹੱਲਾ ਕਲੀਨਿਕ ਜਿਨ੍ਹਾਂ ਨੂੰ ਆਮ ਆਦਮੀ ਕਲੀਨਿਕ ਕਹਿੰਦੇ ਆ ਉਹ ਖੁੱਲ੍ਹ ਰਹੇ ਨੇ, 582 ਚੱਲ ਰਹੇ ਨੇ ਇਸ ਵਕਤ। 15 ਅਗਸਤ ਨੂੰ 60 ਇਸ 15 ਅਗਸਤ ਨੂੰ ਰੈਡੀ ਨੇ, ਪਿਛਲੀ 15 ਅਗਸਤ ਨੂੰ 100 ਕੀਤੇ ਸੀ ਪਹਿਲਾਂ, ਇਸ 15 ਅਗਸਤ ਤੱਕ 600 ਕਰਤੇ ਸਮਝ ਲਓ। ਸੋ ਪੈਰਾਸੀਟਾਮੋਲ ਦੀ ਗੋਲੀ ਤੋਂ ਲੈ ਕੇ 42 ਕਿਸਮ ਦੇ ਬਲੱਡ ਦੇ ਟੈਸਟ ਉੱਥੇ ਹੁੰਦੇ ਨੇ। ਬਕਾਇਦਾ ਤੌਰ 'ਤੇ MBBS ਫਾਰਮਾਸਿਸਟ, ਇੱਕ ਕਲਾਸ 4 ਦੇ ਚੌਕੀਦਾਰ ਜਿਹੜੇ ਸਫਾਈ ਕਰਦੇ ਉੱਥੇ, ਇੱਕ ਰਿਸੈਪਸ਼ਨਿਸਟ, ਸਭ ਕੁਛ ਉੱਥੇ ਰੱਖਿਆ ਹੋਇਆ। ਆਓ, ਕੋਈ ਧੱਕਾ ਮੁੱਖੀ ਨਹੀਂ, ਕੋਈ ਸਿਫਾਰਿਸ਼ ਨਹੀਂ, ਆ ਕੇ ਆਪਣਾ ਟੋਕਨ ਕੱਢ ਲਓ 42ਵੇਂ ਨੰਬਰ ਤੋਂ, ਉੱਥੇ ਸਕਰੀਨ 'ਤੇ ਚੱਲੇ ਜਾਂਦਾ 34ਵਾਂ ਨੰਬਰ ਚੱਲ ਰਿਹਾ, ਜਦੋਂ 42 ਨੰਬਰ ਆ ਗਿਆ ਤੁਸੀਂ ਚਲੇ ਜਾਓ, ਸਾਰਾ ਕੁਛ ਕੰਪਿਊਟਰ 'ਚ ਡਾਟਾ ਹੋ ਜੂਗਾ ਤੁਸੀਂ ਕੀ। ਅੱਛਾ ਇਹ ਵੀ ਹੈ, ਤੁਹਾਨੂੰ ਉਹ ਦੱਸ ਵੀ ਦਿੱਤਾ ਜਾਊਗਾ ਕਿ ਤੁਹਾਨੂੰ ਪਹਿਲਾਂ ਆਹ ਗੋਲੀਆਂ ਲੈਂਦੇ ਰਹੇ ਹੋ, ਆਹ ਤੁਹਾਡਾ ਹੈਲਥ ਰਿਕਾਰਡ ਹੈ, ਤੁਹਾਡੇ ਮੋਬਾਈਲ 'ਚ ਭੇਜ ਦਾਂਗੇ। ਉਹਦਾ ਕੀ ਫਾਇਦਾ ਹੋਊਗਾ? ਤੁਸੀਂ ਕੱਲ੍ਹ ਨੂੰ ਕਿਤੇ ਗਏ ਹੋਏ ਹੋ, ਪੰਜਾਬ ਤੋਂ ਬਾਹਰ ਗਏ ਹੋਏ ਹੋ, ਕਿਤੇ ਗੁਜਰਾਤ ਗਏ ਹੋ, ਕਿਤੇ ਤੁਸੀਂ ਦਿੱਲੀ ਗਏ ਹੋਏ ਹੋ, ਜਾਂ ਕਿਤੇ ਬਿਹਾਰ 'ਚ ਗਏ ਹੋ, ਕਿਤੇ ਵੀ ਕਲਕੱਤੇ ਗਏ, ਕੋਈ ਬਿਮਾਰੀ ਜਾਂ ਕੋਈ ਤੁਹਾਨੂੰ ਸਿਹਤ ਦੀ ਪ੍ਰੋਬਲਮ ਆਈ, ਤੁਸੀਂ ਡਾਕਟਰ ਕੋਲ ਗਏ ਤਾਂ ਡਾਕਟਰ ਕਹੂ ਜਾਂ ਪਹਿਲਾਂ ਕਿਹੜੀਆਂ ਗੋਲੀਆਂ ਲੈਣਾ, ਇਹਦੇ ਵਾਸਤੇ ਤੁਹਾਨੂੰ ਕੋਈ ਘਰ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਪਹਿਲਾਂ ਵਾਲੀਆਂ ਗੋਲੀਆਂ ਦੀ ਫੋਟੋ ਖਿੱਚ ਕੇ ਭੇਜੋ ਜੀ, ਤੁਸੀਂ ਆਪਣੇ ਮੋਬਾਈਲ 'ਚੋਂ ਹੀ ਡਾਕਟਰ ਨੂੰ ਦਿਖਾ ਸਕਦੇ ਹੋ, ਆ ਮੇਰੀ ਮੈਡੀਕਲ ਹਿਸਟਰੀ ਹੈ ਜੀ, ਉਸ ਹਿਸਾਬ ਨਾਲ ਡਾਕਟਰ ਤੁਹਾਨੂੰ ਦਵਾਈ ਦੇ ਦੂਗਾ। ਅਤੇ ਸਾਡੇ ਕੋਲ ਹੋਊਗਾ ਰਿਕਾਰਡ ਤਾਂ ਸਾਨੂੰ ਇਹ ਪਤਾ ਲੱਗ ਜੂਗਾ ਕਿ ਪੰਜਾਬ ਦੇ ਕਿਹੜੇ ਏਰੀਏ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ, ਹਾਈਪਰਟੈਂਸ਼ਨ ਦੇ ਕਿੰਨੇ ਮਰੀਜ਼ ਆਉਂਦੇ ਆ ਮੁਹੱਲਾ ਕਲੀਨਿਕਾਂ 'ਚ, ਬੱਚਿਆਂ ਨਾਲ ਸੰਬੰਧਿਤ ਬਿਮਾਰੀਆਂ ਕਿਹੜੀਆਂ ਕਿਹੜੀਆਂ ਨੇ, ਡਾਇਬਟੀਜ਼ ਦੇ, ਸ਼ੂਗਰ ਦੇ ਕਿੰਨੇ ਮਰੀਜ਼ ਆ ਰਹੇ ਨੇ,
ਹੈਪੇਟਾਈਟਿਸ ਸੀ ਕਿੰਨਾ ਘਾਤਕ ਹੋ ਰਿਹਾ, ਫਲਾਨੇ ਏਰੀਏ 'ਚ ਬਹੁਤ ਜ਼ਿਆਦਾ, ਇਹਦੇ ਨਾਲ ਸਾਡੇ ਕੋਲ ਡਾਟਾ ਆਊਗਾ ਤਾਂ ਸਾਨੂੰ ਰਿਸਰਚ ਵਾਸਤੇ ਬਹੁਤ ਮੌਕਾ ਮਿਲੂਗਾ, ਫਿਰ ਅਸੀਂ ਉਸ ਏਰੀਏ ਦੇ ਵਿੱਚ ਸਪੈਸ਼ਲਿਸਟ ਡਾਕਟਰ ਜਾਂ ਹੋਸਪਿਟਲ ਖੋਲ ਸਕਦੇ ਹਾਂ ਕਿ ਇਸ ਏਰੀਏ ਦੇ ਵਿੱਚ ਹੈਪੇਟਾਈਟਿਸ ਸੀ ਹੈ, ਇਹਦਾ ਮਤਲਬ ਕੋਈ ਨਾ ਕੋਈ ਪਾਣੀ ਦੀ ਪ੍ਰੋਬਲਮ ਹੈ ਜਾਂ ਕੋਈ ਨਾ ਕੋਈ ਹੋਰ ਦਿੱਕਤ ਹੈ, ਇਸ ਕਰਕੇ ਇਹਦਾ ਆਪਾਂ ਕਲੀਅਰ ਕਰੀਏ। ਇਹ ਤੈ ਦੈਟਸ ਕਾਲਡ ਪੋਲਿਸੀਜ਼, ਇਹ ਪੋਲਿਸੀਜ਼ ਨੇ, ਇਕੱਲੀਆਂ ਦਵਾਈਆਂ ਪੈਰਾਸੀਟਾਮੋਲ ਜਾਂ ਕੋਈ ਕੋਈ ਤੁਹਾਨੂੰ ਜ਼ੁਕਾਮ ਦੀ ਦਵਾਈ ਦੇਣ ਵਾਸਤੇ ਨਹੀਂ, ਉਹ ਮੁਹੱਲਾ ਕਲੀਨਿਕ ਖੋਲ ਰਹੇ ਸੀ, ਉਹਦਾ ਮਤਲਬ ਹੈ ਤੁਹਾਡੀ ਸਿਹਤ ਦਾ ਸਾਰਾ ਖਿਆਲ, ਮਤਲਬ ਤੁਸੀਂ ਜਿੱਥੇ ਮਰਜ਼ੀ ਹੋ ਮੁਹੱਲਾ ਕਲੀਨਿਕ ਨੂੰ ਫੋਨ ਕਰਕੇ ਪੁੱਛ ਸਕਦੇ ਹੋ, ਮੇਰਾ ਰਿਕਾਰਡ ਦੱਸਿਓ ਜੀ 6 ਮਹੀਨਿਆਂ 'ਚ ਮੇਰਾ ਮੈਨੂੰ ਕਿਹੜੀ ਕਿਹੜੀ ਗੋਲੀਆਂ ਦਿੱਤੀਆਂ ਨੇ ਅਤੇ ਮੈਂ ਉਹਨੂੰ ਕਿਹੜੀ ਗੋਲੀ ਮੈਨੂੰ ਰਿਐਕਟ ਕਰਦੀ ਹੈ, ਕਿਹੜੀ ਗੋਲੀ ਦਾ ਮੈਨੂੰ ਨਹੀਂ ਲੈਣੀ ਜਾਂ ਕਿਹੜੀ ਮੈਂ ਲੈ ਸਕਦਾ, ਇਸ ਤਰ੍ਹਾਂ ਦਾ ਅਸੀਂ ਬਣਾ ਰਹੇ ਹਾਂ ਮੈਕਨਿਜ਼ਮ ਹੈਲਥ ਦੇ ਵਿੱਚ। ਇਸੇ ਕਰਕੇ ਤਾਂ ਫਿਰ ਬਾਹਰਲੇ ਮੁਲਕ ਵਾਲੇ ਦੇਖਣ ਆਉਂਦੇ ਦਿੱਲੀ 'ਚ ਕਿ ਆ ਮੁਹੱਲਾ ਕਲੀਨਿਕ ਦਿਖਾ ਦਿਓ ਸਾਨੂੰ ਕਿਹੋ ਜਿਹੇ ਨੇ, ਨਹੀਂ ਤਾਂ ਹਰ ਗੱਲ ਵਾਸਤੇ ਆਪਾਂ ਨੂੰ ਵੱਡੇ ਹਸਪਤਾਲ ਜਾਣਾ ਪੈਂਦਾ ਹਰ ਗੱਲ ਵਾਸਤੇ, ਕਿਉਂਕਿ ਜਿਹੜੇ ਸਰਕਾਰੀ ਹਸਪਤਾਲ ਨੇ ਜ਼ਿਲ੍ਹਿਆਂ ਵਾਲੇ ਜਾਂ ਤਹਿਸੀਲਾਂ ਵਾਲੇ ਉਹ ਤਾਂ ਰੈਫਰਿੰਗ ਸੈਂਟਰ ਬਣ ਗਏ, ਬਸ ਉੱਥੇ ਲੈ ਜਾਓ ਉਹਨੇ ਵੱਡੇ ਹਸਪਤਾਲ DMC ਭੇਜ ਦੇਣਾ, ਪਟਿਆਲੇ ਭੇਜ ਦੇਣਾ। ਮੇਰੇ ਆਪਣੇ ਨਾਲ ਹੋਇਆ ਹੋਇਆ ਬਚਪਨ 'ਚ, ਜਦੋਂ ਮੈਂ ਪੈਦਾ ਹੋਇਆ ਸੀ ਤਾਂ ਮੇਰੀ ਜਿਹੜੀ ਆ ਚਿੰਨ ਹੈ ਇੱਥੇ ਜੁੜੀ ਹੋਈ ਸਿੱਧ, 1 ਘੰਟੇ ਬਾਅਦ ਉਹ ਆਪਣੇ ਆਪ ਟੁੱਟ ਗਈ, ਪਰ ਡਾਕਟਰ ਕਹਿੰਦੇ ਬਹੁਤ ਛੋਟਾ ਹੈ, ਚਲੋ ਦੁੱਧ ਪੀਂਦਾ ਹਜੇ ਬੱਚਾ ਅਤੇ ਅੰਦਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਦੇਖਦੇ ਹਾਂ ਵੱਡਾ ਹੋ ਕੇ ਕੀ ਹੈ ਇਹ। ਤਾਂ ਇੱਕ ਰਸੌਲੀ ਸੀ ਛੋਟੀ ਜਿਹੀ, ਉਹ ਮੇਰੀ ਉਮਰ ਦੇ ਨਾਲ ਨਾਲ ਉਹ ਵੀ ਵੱਧਦੀ ਗਈ ਇੱਦਾਂ। ਤਾਂ ਸਾਡੇ ਵਾਲੇ ਇਲਾਕੇ 'ਚ ਇਹ ਹੈ ਕਿ ਪਹਿਲਾਂ ਤਾਂ ਪਿੰਡ ਵਾਲਾ ਡਾਕਟਰ, ਵੀ ਉਹ ਪਿੰਡ ਵਾਲੇ ਤੋਂ ਬੈਸੋਂ ਬਾਹਰ ਹੋ ਜਾਂਦਾ, ਉਹ ਕਹਿੰਦੇ ਚੀਮੇ ਲੈ ਜਾਓ, ਜੋ ਚੀਮੇ ਉਹ ਲੈ ਜਾਂਦੇ ਨੇ ਉਹ ਕਹਿੰਦੇ ਸੁਨਾਮ, ਫਿਰ ਸੁਨਾਮ ਵਾਲਾ ਕਹਿੰਦਾ ਵੀ ਪਟਿਆਲੇ, ਉਹਨੂੰ ਸਾਡੇ ਪਿੰਡਾਂ ਦੀ ਭਾਸ਼ਾ 'ਚ ਕਹਿੰਦੇ ਨੇ ਵੀ ਫਲਾਨਿਆਂ ਦੇ ਬੁੜੇ ਦਾ ਜਾਂ ਫਲਾਨਿਆਂ ਦੇ ਮੁੰਡੇ ਦਾ ਜਾਂ ਬੱਚੇ ਦਾ ਪਟਿਆਲੇ ਦਾ ਪਰਚਾ ਕੱਟਦਾ, ਉਹ ਪਟਿਆਲੇ ਦਾ ਪਰਚਾ ਘੱਟ ਹੁੰਦਾ, ਤੁਰਦਾ ਜ਼ਿਆਦਾ ਹੁੰਦਾ ਉਹ, ਕਿਉਂਕਿ ਪਟਿਆਲੇ ਤੋਂ 99.9% ਮੁੜੇ ਨਹੀਂ, ਬਲਕਿ ਅੱਧੇ ਤਾਂ ਪਹੁੰਚੇ ਹੀ ਨਹੀਂ, ਘਰ 'ਚੋਂ ਨਹੀਂ ਟੱਪੇ, ਉਦੋਂ ਪਹਿਲੀ ਮੋੜ ਲੈਂਦੇ ਨੇ ਪੂਰਨ ਸੂ ਤਾਂ ਪੂਰਾ ਹੋ ਗਿਆ, ਵਾਹ ਮੋੜ ਲਓ ਭਾਈ, ਹੈ ਨਾ, ਕਿਉਂਕਿ ਖਰਾਬ ਹੀ ਇੰਨਾ ਹੋ ਜਾਂਦਾ ਉਹ ਤਾਂ ਕੇਸ ਉਹ। ਅਤੇ ਮੈਨੂੰ ਵੀ ਪਟਿਆਲੇ ਭੇਜਤਾ ਜੀ ਇਹਦੇ ਵਾਸਤੇ, ਰਜਿੰਦਰਾ ਹੋਸਪਿਟਲ ਬਣਾ, ਮੈਨੂੰ ਅੱਜ ਵੀ ਵਿੰਡੋ ਯਾਦ ਹੈ, ਮੈਂ ਹੁਣ ਵੀ ਦੇਖਦਾ ਹੁੰਦਾ, ਬਿਲਡਿੰਗ ਸੇਮ ਹੈ। ਅਤੇ ਸਾਡੇ ਘਰ ਵੀ ਇੱਦਾਂ ਹੀ ਵੀ ਪਟਿਆਲੇ ਦਾ ਪਰਚਾ ਕੱਟਤਾ, ਜਿਹਨਾਂ ਦੀ ਪਟਿਆਲੇ ਦਾ ਪਰਚਾ ਕੱਟ ਦਿੰਦੇ ਨੇ ਸਾਡੇ ਪਿੰਡਾਂ ਵੱਲ, ਫਿਰ ਉਹਨਾਂ ਦੇ ਮੰਜੇ ਚੱਕ ਕੇ ਪੱਲੀਆਂ ਜਿਹੀਆਂ ਵਿਛਾ ਲੈਂਦੇ ਹੈ ਨਾ, ਬੁੜੀਆਂ ਆਉਣ ਲੱਗ ਜਾਂਦੀਆਂ ਨੇ, ਚੁੱਲ੍ਹੇ ਦਾ ਚਾਰਜ ਸੰਭਾਲ ਲੈਂਦੀਆਂ ਨੇ ਵੀ ਤੁਸੀਂ ਹਰਪਾਲ ਕੋਲ ਰੋ ਲਓ ਉੱਧਰ, ਹੈ ਨਾ, ਰੋਟੀ ਰਾਟੀ ਦਾ ਫਿਰ ਕਰਨਾ ਕਰੋ ਅਸੀਂ ਆਪਣੀ ਪਾ ਲਾਂਗੇ। ਫਿਰ ਉਹਦੀ ਪਾਸ ਦੀਆਂ ਗੱਲਾਂ ਵੀ ਕਰ ਲਾਂਗੇ, ਕਿੰਨਾ ਰੌਣਕੀ ਸਾਰੇ ਪਿੰਡ ਦੇ ਜਵਾਕਾਂ ਨੂੰ ਮਗਰ ਲਾਂਗੇ ਫਿਰ ਦੱਸ, ਕਿਉਂਕਿ ਪਟਿਆਲੇ ਤੋਂ ਮੁੜਿਆ ਨਹੀਂ ਨਾ ਕੋਈ, ਤਾਂ ਸਾਡੇ ਵੀ ਐਂ ਹੋ ਗਿਆ ਸੀਗਾ, ਪਰ ਮੈਂ ਪਟਿਆਲੇ ਤੋਂ ਮੁੜਿਆ ਆਇਆ, ਪਤਾ ਨਹੀਂ ਤਾਂ ਹੁਣ ਕੈਪਟਨਾਂ ਦੀ ਕਿਸਮਤ ਸੀ ਜਾਂ ਬਾਦਲਾਂ ਦੀ ਕਿਸਮਤ ਸੀ, ਮੈਂ ਮੁੜਿਆ ਆਇਆ। ਸੋ ਅਸੀਂ ਨਹੀਂ ਚਾਹੁੰਦੇ ਕਿ ਹਰ ਛੋਟੀ ਮੋਟੀ ਬਿਮਾਰੀ ਵਾਸਤੇ ਬਹੁਤ ਵੱਡੇ ਵੱਡੇ ਹਸਪਤਾਲਾਂ 'ਚ ਜਾਈਏ, ਅਤੇ ਉੱਥੇ ਜਾ ਕੇ, ਕਿਉਂਕਿ ਉੱਥੇ ਵੀ ਜਾ ਕੇ ਡਾਕਟਰਾਂ ਦੇ ਨਾ ਬਹੁਤ ਬਰਡਨ ਹੈ, PGI ਦੇ ਡਾਕਟਰਾਂ 'ਤੇ ਬਹੁਤ ਬਰਡਨ ਹੈ, ਫੁੱਟਪਾਥ 'ਤੇ ਵੀ ਜਗ੍ਹਾ ਨਹੀਂ ਮਿਲਦੀ। ਹੁਣ ਵੀ ਮੈਂ ਜਾਊਂਗਾ, ਮੈਂ ਹੋਮੀ ਬਾਬਾ ਕੈਂਸਰ ਸੈਂਟਰ ਜਿਹੜਾ ਉੱਥੇ ਇੱਕ ਪੇਸ਼ੈਂਟ ਲਈ ਇੱਕ ਨਵਾਂ ਅਲੱਗ ਤੋਂ ਓਪਨ ਏਅਰ ਸ਼ੁਰੂ ਕੀਤਾ, ਉਹਦਾ ਉਦਘਾਟਨ ਕਰਨ ਚੱਲੇ ਮੈਂ ਹੁਣ ਇਸ ਤੋਂ ਬਾਅਦ। ਸੋ ਹੋਮੀ ਬਾਬਾ ਕੈਂਸਰ ਸੈਂਟਰ ਸੰਗਰੂਰ ਵੀ ਹੈ, PGI ਸੰਗਰੂਰ ਆ ਗਈ,
ਏਮਸ ਬਠਿੰਡੇ ਹਾਲੇ ਕੰਪਲੀਟ ਨਹੀਂ ਹੋਇਆ, ਹੋ ਜੂਗਾ। ਟਰੋਮਾ ਸੈਂਟਰ ਪੰਜਾਬ 'ਚ 16 ਮੈਡੀਕਲ ਕਾਲਜ, ਜਿਸ 'ਚੋਂ 3 ਬਣ ਰਹੇ ਨੇ, ਹੁਸ਼ਿਆਰਪੁਰ, ਕਪੂਰਥਲਾ ਅਤੇ ਤੀਸਰਾ ਮਲੇਰਕੋਟਲਾ। 3 ਅਸੀਂ ਜਿਹੜੇ ਨੇ ਉਹਦਾ ਕੰਮ ਚੱਲ ਰਿਹਾ, ਨਕਸ਼ੇ ਬਣ ਗਏ, ਸਭ ਕੁਝ ਫਾਈਨਲ, ਪਹਿਲੀਆਂ ਕਿਸ਼ਤਾਂ ਚਲੀਆਂ ਗਈਆਂ, ਕੰਮ ਚੱਲੀ ਜਾਂਦਾ ਔਰ ਲੇਟੈਸਟ ਡਿਜ਼ਾਈਨ ਦੇ ਬਣਨਗੇ। ਇੱਥੇ MBBS ਕਰੋ ਨਾ, ਕਿਉਂ ਯੂਕਰੇਨ ਭੱਜੀ ਅਸੀਂ? ਯੂਕਰੇਨ ਤੋਂ ਕਿੰਨੇ ਬੱਚੇ ਸਾਡੇ ਇੱਥੇ ਵਾਪਸ ਆਏ, ਕਿਉਂਕਿ ਇੱਥੇ ਪੜ੍ਹਾਈ ਇੰਨੀ ਮਹਿੰਗੀ ਕਰ ਰੱਖੀ ਇਹਨਾਂ ਨੇ, ਡਾਕਟਰੀ ਕਰ ਹੀ ਨਹੀਂ ਸਕਦੇ ਤੁਸੀਂ। ਸੋ ਇਸ ਕਰਕੇ ਮੈਂ ਕਹਿਣਾ ਕਿ ਡਿਗਰੀ ਵੀ ਇੱਥੇ ਮਿਲੇ, ਨੌਕਰੀ ਵੀ ਇੱਥੇ ਕਰੋ। ਆਈਲੈਟਸ ਕਰਕੇ, ਆਈਲੈਟਸ ਨੂੰ ਡਿਗਰੀ ਨਾ ਸਮਝੋ, ਆਈਲੈਟਸ ਕਰਕੇ ਬਾਹਰਲੇ ਮੁਲਕ ਨੂੰ ਭੱਜੀ ਜਾਂਦੇ, ਉੱਥੇ ਕਿਹੜਾ ਸੌਖਾ ਜੀ? ਉੱਥੇ ਬਹੁਤ ਔਖਾ ਜੀ, ਉੱਥੇ ਮਿਹਨਤਾਂ ਕਰਨੀਆਂ ਬਹੁਤ ਔਖੀਆਂ ਨੇ, ਮੌਸਮ ਆਪਣੇ ਅਨੁਕੂਲ ਨਹੀਂ, ਭਾਸ਼ਾ ਆਪਣੇ ਅਨੁਕੂਲ ਨਹੀਂ। ਸੋ ਇਸ ਕਰਕੇ ਮੈਂ ਇਹੀ ਚਾਹੁੰਦਾ ਕਿ ਬ੍ਰੇਨ ਡਰੇਨ ਰੁਕੇ, ਸਾਡੇ ਨੌਜਵਾਨ ਮੁੰਡੇ ਕੁੜੀਆਂ, ਉਹਨਾਂ ਨੂੰ ਡਿਗਰੀਆਂ ਵੀ ਇੱਥੇ ਮਿਲਣ, ਪਰ ਉਹਨਾਂ ਡਿਗਰੀਆਂ ਦੇ ਮੁਤਾਬਕ ਨੌਕਰੀ ਵੀ ਇੱਥੇ ਮਿਲੇ। ਟਾਟਾ ਸਟੀਲ ਆ ਰਿਹਾ, ਬਿਗੈਸਟ, ਸੈਕਿੰਡ ਬਿਗੈਸਟ ਆਫਟਰ ਜਮਸ਼ੇਦਪੁਰ। ਜਰਮਨੀ ਦੀਆਂ ਕੰਪਨੀਆਂ ਆ ਰਹੀਆਂ ਨੇ, 4 3 ਆ ਗਈਆਂ, ਚੌਥੀ ਆ ਰਹੀ ਹੈ ਹੁਣ, ਇਸ ਤੋਂ ਬਾਅਦ ਜਰਮਨ ਦੇ ਅੰਬੈਸਡਰ ਨਾਲ ਮੀਟਿੰਗ ਹੈ ਮੇਰੀ। ਸੋ ਮੈਂ ਤਾਂ ਇਹੀ ਚਾਹੁੰਦਾ ਕਿ ਕਿਤੋਂ ਵੀ ਆ ਜੇ ਸਾਡੇ ਪੰਜਾਬ ਲਈ ਕੰਮ, ਸਾਡੇ ਪੰਜਾਬ 'ਚ, ਮੈਂ ਸਾਡੇ ਨੌਜਵਾਨਾਂ ਦੇ ਹੱਥਾਂ 'ਚੋਂ ਟੀਕੇ ਖੋ ਕੇ ਟਿਫਨ ਫੜਾਉਣੇ ਚਾਹੁੰਦਾ। ਕੰਮ 'ਤੇ ਜਾਓ, ਸ਼ਾਮ ਨੂੰ ਘਰ ਪਰਿਵਾਰ 'ਚ ਆਓ, ਸੁਖੀ ਬਸੋ। ਮੈਂ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਪਣਾ ਕੰਮ ਬੜੀ ਦਿਆਨਤਦਾਰੀ ਨਾਲ, ਇਮਾਨਦਾਰੀ ਨਾਲ ਕਰਿਓ। ਕੋਈ ਪਤਾ ਨਹੀਂ ਤੁਹਾਡੇ ਕੀਤੇ ਹੋਏ ਸਾਈਨ ਨਾਲ ਕਿਹਦਾ ਚੁੱਲ੍ਹਾ ਬਲਜੇ, ਕਿਹਦੀ ਕਬੀਲਦਾਰੀ ਜਿਹੜੀ ਉਹ ਚੱਲਦੀ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਆਜ ਪ੍ਰਕਾਸ਼ ਟੀਵੀ ਔਰ ਬੈਲ ਆਇਕਨ ਦਬਾਨਾ ਨਾ ਭੁਲੇਂ।